ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇੱਕ ਨੈਰੇਟਿਵ ਘੜਿਆ ਅਤੇ ਉਹਨਾਂ ਨੂੰ ਅੰਦਰ ਰੱਖਿਆ, ਉਹ ਚੈਲੰਜ ਹੁਣ ਕੌਮ ਨੇ ਸਵੀਕਾਰ ਕਰ ਲਿਆ। ਭਾਈ ਅੰਮ੍ਰਿਤਪਾਲ ਸਿੰਘ ਜੀ, ਮੈਂ ਉਹਨਾਂ ਨੂੰ ਜਿਤਾ ਰਿਹਾ, ਜਿੱਤੇ ਤਾਂ ਉਹ ਪਹਿਲਾਂ ਹੀ ਪਏ ਨੇ, ਉਹ ਜਿੱਤੇ ਨੇ, ਅੱਜ ਮੈਂ ਕਹਿ ਰਿਹਾ ਵੀ ਉਹ ਜਿੱਤ ਉਹਨਾਂ ਦੀ ਪੱਕੀ ਆ। ਸਾਡੇ ਗੁਰਾਂ ਨੇ ਇਹ ਵੀ ਕਿਹਾ, ਰਾਜ ਬਿਨਾਂ ਨੇ ਧਰਮ ਚੱਲਿਆ ਹੈ, ਧਰਮ ਬਿਨਾਂ ਸਭ ਦਲੇ ਮਿਲਿਆ ਹੈ। ਅਸੀਂ ਉਸ ਕੋਝੀ ਜਾਂ ਗੰਦੀ ਰਾਜਨੀਤੀ ਦੀ ਗੱਲ ਨਹੀਂ ਕਰਦੇ, ਅਸੀਂ ਹਲੀਮੀ ਰਾਜ ਦੀ ਗੱਲ ਕਰਦੇ ਹਾਂ। ਜਥੇਦਾਰ ਕੁਲਦੀਪ ਸਿੰਘ ਟੈਂਠਲ ਬਾਬਾ ਬੰਦਾ ਸਿੰਘ ਬਹਾਦਰ ਦਲ ਦੇ ਮੁਖੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਮਾਇਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਕੱਢਿਆ ਗਿਆ ਸਾਈਕਲ ਰੋਡ ਸ਼ੋਅ, ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਮਾਣਾ ਤੋਂ ਖਡੂਰ ਸਾਹਿਬ ਤੱਕ ਸੂਬੇਦਾਰ ਜੋਗਿੰਦਰ ਸਿੰਘ ਧਾਲੀਵਾਲ ਵੱਲੋਂ ਸਾਈਕਲ ਯਾਤਰਾ ਕਰਨ ਦਾ ਫੈਸਲਾ ਲਿਆ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਫੁੱਲਾਂ ਦੀ ਵਰਖਾ ਕਰ ਰਿਟਾਇਰ ਸੂਬੇਦਾਰ ਜੋਗਿੰਦਰ ਸਿੰਘ ਧਾਲੀਵਾਲ ਨੂੰ ਰਵਾਨਾ ਕੀਤਾ। ਦੱਸਿਆ ਜਾਂਦਾ ਹੈ ਕਿ ਸਮਾਣਾ ਤੋਂ ਖੰਡੂਰ ਸਾਹਿਬ ਦੀ ਯਾਤਰਾ ਤਕਰੀਬਨ 100 ਕਿਲੋਮੀਟਰ ਹੈ ਅਤੇ ਗਰਮੀ ਕਾਰਨ ਯਾਤਰਾ 2 ਦਿਨਾਂ ਵਿੱਚ ਮੁਕੰਮਲ ਹੋਵੇਗੀ। ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਅੱਜ ਸਾਈਕਲ ਯਾਤਰਾ ਦੇ ਤੌਰ ਤੇ ਫੌਜੀ ਸਾਹਿਬ ਨੇ ਇੱਕ ਪ੍ਰਣ ਲਿਆ ਸਮਾਣੇ ਤੋਂ ਖੰਡੂਰ ਸਾਹਿਬ ਜਾਣ ਦਾ, ਉਹਦਾ ਅਸੀਂ ਇੱਕ ਤਾਂ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਹਕੂਮਤ ਨੂੰ ਇਹ ਗੱਲ ਚੈਲੰਜ ਰੂਪ 'ਚ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦਾ ਸੁਭਾਅ ਹੈ ਕਿ ਉਹ ਚੈਲੰਜ ਸਵੀਕਾਰ ਕਰਦੇ ਨੇ ਅਤੇ ਆਹ ਜਿਹੜਾ ਚੈਲੰਜ ਉਹਨਾਂ ਨੇ ਭਾਈ ਖਡੂਰ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇੱਕ ਨੈਰੇਟਿਵ ਘੜਿਆ ਅਤੇ ਉਹਨਾਂ ਨੂੰ ਅੰਦਰ ਰੱਖਿਆ, ਉਹ ਚੈਲੰਜ ਹੁਣ ਕੌਮ ਨੇ ਸਵੀਕਾਰ ਕਰ ਲਿਆ ਅਤੇ ਕੌਮ ਨੇ ਜਿੱਥੇ ਸਵੀਕਾਰ ਕਰਿਆ ਥਾਂ ਥਾਂ ਜਿੱਥੇ ਵੀ ਫੌਜੀ ਸਾਹਿਬ ਵਰਗੇ ਸਿੱਖ ਨੌਜਵਾਨ ਹੋਣਗੇ, ਸਾਡੇ ਜ਼ਿੰਮੇਵਾਰ ਬੰਦੇ ਹੋਣਗੇ, ਉਹ ਉੱਥੋਂ ਆਪਣੇ ਆਪਣੇ ਤੌਰ 'ਤੇ ਸੇਵਾ ਨਿਭਾਉਣਗੇ। ਸੋ ਸਾਡਾ ਇੱਕ ਤਾਂ ਸਮਰਥਨ ਹੈ, ਦੂਜਾ ਅਸੀਂ ਹਕੂਮਤ ਦਾ ਜਿਹੜਾ ਨੈਰੇਟਿਵ ਹੈ ਉਹ ਤੋੜਨਾ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰਾ ਕੇ ਸਿਮਰਨਜੀਤ ਸਿੰਘ ਵਾਂਗ ਰਿਹਾਅ ਕਰਾ ਕੇ ਜੇਤੂ ਅੰਦਾਜ਼ ਦੇ ਵਿੱਚ ਬਾਹਰ ਲੈ ਕੇ। ਦੋਨਾਂ ਹੀ ਜਥੇਬੰਦੀਆਂ ਸਰਦਾਰ ਕੁਲਦੀਪ ਸਿੰਘ ਢੈਂਟਲ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਜਿਹੜੀ ਬਾਬਾ ਬੰਦਾ ਸਿੰਘ ਜੀ ਜਥੇਬੰਦੀ ਚੱਲ ਰਹੀ ਹੈ ਅਤੇ ਗ੍ਰੰਥੀ ਸਿੰਘ ਜਿਹੜੀ ਬਾਬਾ ਬੁੱਢਾ ਜੀ ਤੋਂ ਸਾਡੀ ਪਰੰਪਰਾ ਚੱਲੀ ਆਉਂਦੀ ਹੈ ਸਿੱਖ ਧਰਮ ਦੇ ਵਿੱਚ, ਉਹਨਾਂ ਨੂੰ ਬਰਕਰਾਰ ਰੱਖਣ ਵਾਲੇ ਗ੍ਰੰਥੀ ਸਿੰਘ ਜੀ, ਇਹਨਾਂ ਦੋਹਾਂ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਪਟਿਆਲੇ ਤੋਂ ਬਾਬਾ ਸੁੱਖਾ ਸਿੰਘ ਜੀ, ਸੁਖਦੇਵ ਸਿੰਘ ਜੀ ਆਏ ਨੇ, ਉਹ ਮੇਰੇ ਨਿੱਜੀ ਰੂਪ 'ਚ 92 ਤੋਂ ਵਾਕਫ ਨੇ ਅਤੇ ਬਹੁਤ ਪਿਆਰ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਹਨਾਂ 'ਚ ਕਿੱਦਾਂ ਆਇਆ ਜੀ, ਮਤਲਬ ਸਮਾਣੇ ਤੋਂ ਖਡੂਰ ਸਾਹਿਬ ਜਾਣ ਦਾ ਕੀ ਵਿਚਾਰ ਸੀ? ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਿ ਸਾਡੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਤੇ ਦੀ ਜਿਹੜੀ ਪੌਲ ਆ ਛਕਾਈ ਸੀਗੀ ਅਤੇ ਉਹੀ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਸਾਡੇ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਸੀ, ਨਸ਼ੇ ਛਡਾਉਂਦੇ ਸੀ ਅਤੇ ਅੰਮ੍ਰਿਤ ਛਕਾਉਂਦੇ ਸੀ ਅਤੇ ਬਾਣੀ ਬਾਣੇ ਦੇ ਨਾਲ ਜੋੜਦੇ ਸੀ ਅਤੇ ਉਹਨਾਂ ਨੂੰ ਚੱਕ ਕੇ ਸਰਕਾਰਾਂ ਨੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਤਾ। ਅਤੇ ਮੈਂ ਪਹਿਲਾਂ ਵੀ ਦੱਸ ਚੁੱਕਾ ਅਤੇ ਦਾਸ ਇਹੋ ਜਿਹੇ ਜਦੋਂ ਵੀ ਕਿਤੇ ਜ਼ੁਲਮ ਹੁੰਦਾ ਅਤੇ ਉੱਥੇ ਆਪਣੀ ਭੂਮਿਕਾ ਨਿਭਾਉਂਦਾ ਜਾਂ ਆਪਣੇ ਪਿੰਡੇ ਦੇ ਉੱਤੇ ਕਸ਼ਟ ਝੱਲ ਕੇ ਅਤੇ ਉੱਥੇ ਅਰਦਾਸ ਬੇਨਤੀ ਕਰਦਾ ਅਤੇ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਜ ਸਾਨੂੰ ਮੇਰਾ ਮੈਂ ਨਹੀਂ ਵੀ ਮੈਂ ਉਹਨਾਂ ਨੂੰ ਜਿਤਾ ਰਿਹਾ, ਜਿੱਤੇ ਤਾਂ ਉਹ ਪਹਿਲਾਂ ਹੀ ਪਏ ਨੇ, ਉਹ ਜਿੱਤੇ ਨੇ, ਅੱਜ ਮੈਂ ਕਹਿ ਰਿਹਾ ਵੀ ਉਹ ਜਿੱਤ ਉਹਨਾਂ ਦੀ ਪੱਕੀ ਆ।
ਜਿਹੜੀ ਧਾਰਮਿਕ ਕੋਈ ਵੀ ਸ਼ਖਸੀਅਤ ਹੁੰਦੀ ਹੈ ਜਾਂ ਕੋਈ ਦਲ ਹੁੰਦਾ ਉਹ ਨਿਰਪੱਖ ਆ, ਪਰ ਸਾਡੇ ਗੁਰੂਆਂ ਨੇ ਇਹ ਵੀ ਕਿਹਾ ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ ਹੈ। ਅਸੀਂ ਉਸ ਕੋਝੀ ਜਾਂ ਗੰਦੀ ਰਾਜਨੀਤੀ ਦੀ ਗੱਲ ਨਹੀਂ ਕਰਦੇ, ਅਸੀਂ ਹਲੀਮੀ ਰਾਜ ਦੀ ਗੱਲ ਕਰਦੇ ਹਾਂ। ਪਰ ਪੰਥ ਦੀ ਜਿਹੜੀ ਆਵਾਜ਼ ਆ, ਇੱਕ ਆਜ਼ਾਦ ਉਮੀਦਵਾਰ ਜਿਹੜਾ ਕਿ ਕਿਸੇ ਰਾਜਨੀਤਿਕ ਧਿਰ ਵੱਲ ਨਹੀਂ ਹੈ, ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਅਸੀਂ ਪੁਰਜ਼ੋਰ ਸਪੋਰਟ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦੇ ਸੇਵਾਦਾਰ ਹੋਣ ਦੇ ਨਾਤੇ, ਕਿਉਂਕਿ ਉਹ ਕਿਸੇ ਰਾਜਨੀਤਿਕ ਧਿਰ ਦੇ ਬੰਦੇ ਨਹੀਂ ਹਨ, ਉਹ ਇੱਕ ਆਜ਼ਾਦ ਨਿਰਪੱਖ ਵਿਅਕਤੀ ਹਨ ਅਤੇ ਸਿੱਖ ਕੌਮ ਦੇ ਉਹ ਨੌਜਵਾਨ ਆਗੂ ਨੇ। ਇਸ ਕਰਕੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਅਤੇ ਅਪੀਲ ਕਰਦੇ ਹਾਂ ਖਡੂਰ ਸਾਹਿਬ ਦੇ ਵੋਟਰਾਂ ਨੂੰ ਕਿ ਤੁਹਾਡੇ ਧੰਨ ਪਾ ਗਿਆ, ਇਹ ਅਸੀਂ ਸਮਾਣੇ ਤੋਂ ਹਾਂ, ਪਟਿਆਲੇ ਜ਼ਿਲ੍ਹੇ ਤੋਂ ਹਾਂ, ਉਹ ਸਾਡੇ ਹਿੱਸੇ ਨਹੀਂ ਆਈ ਕਿ ਅਸੀਂ ਵੋਟ ਪਾ ਕੇ ਉਹਨਾਂ ਨੂੰ ਉਹਨਾਂ ਦੀ ਮਦਦ ਕਰ ਸਕੀਏ, ਪਰ ਤੁਹਾਡੇ ਹਿੱਸੇ ਆਈ ਹੈ ਕਿ ਖਡੂਰ ਸਾਹਿਬ ਦੀ ਸੰਗਤ ਜਿਹੜੀ ਆ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੇਲ੍ਹ ਤੋਂ ਰਿਹਾਅ ਕਰਾਉਣ ਅਤੇ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਕਰਾਉਣ। ਇਤਿਹਾਸਿਕ ਸ਼ਹਿਰ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ ਵਿਖੇ ਇਕੱਤਰ ਹੋਏ ਸਿੱਖ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੀ ਸੋਚ ਸਮੂਹ ਨੌਜਵਾਨ ਵੀਰ ਪਹੁੰਚੇ ਹੈ, ਜਿੱਥੇ ਮੈਂ ਸਾਰੇ ਵੀਰਾਂ ਦਾ, ਸਾਬਕਾ ਫੌਜੀਆਂ ਦਾ ਧੰਨਵਾਦ ਕਰਦਾ, ਉੱਥੇ ਹੀ ਮੈਂ ਧੰਨਵਾਦ ਕਰਦਾ ਗ੍ਰੰਥੀ ਸਭਾ ਲਹਿਰ ਬਾਬਾ ਬੁੱਢਾ ਜੀ, ਜਿਹਦੇ ਬਹੁਤ ਸਾਰੇ ਆਗੂ ਭਾਈ ਨਿਰਮਲ ਸਿੰਘ ਜੀ ਖਾਲਸਾ, ਪਰਮਜੀਤ ਸਿੰਘ ਜੀ ਖਾਨਪੁਰ ਅਤੇ ਹੋਰ ਬਹੁਤ ਸਾਰੇ ਰਾਜਪਾਲ ਸਿੰਘ ਜੀ ਗ੍ਰੰਥ ਜਿਹੜੇ ਗ੍ਰੰਥੀ ਪਾਠੀ ਸਿੰਘ ਇੱਥੇ ਹਾਜ਼ਰ ਹੋਏ ਆ। ਸੋ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ ਇਹ ਬੇਨਤੀ ਇਹ ਆ ਕਿ ਅੱਜ ਜੇ ਕੋਈ ਪੰਥ ਦੀ ਸ਼ਮ ਤੋਂ ਰੀੜ ਦੀ ਹੱਡੀ ਕਹੇ ਜਾਂਦੇ ਪ੍ਰਚਾਰਕ ਨੇ, ਉਹਨੇ ਗ੍ਰੰਥੀ ਤੇ ਪਾਠੀ ਸਿੰਘ ਜਾਂ ਕਿਰਤਨੀ ਤੇ ਰਾਗੀ ਸਿੰਘ,